गुरुद्वारे में है, हाँ गुरुद्वारे में नहीं है, अपने मोहल्ले में। संगतों भेजिए मत्था टेक लगे आप बनाते रहिए। हाँ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾਂ ਦੇ ਅਵਤਾਰ ਪੁਰਬ ਹੈ। ਬੜੀ ਸ਼ਰਧਾ ਔਰ ਧੂਮਧਾਮ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਭ ਜਗ੍ਹਾ ਮਨਾਇਆ ਜਾ ਰਿਹਾ ਹੈ, ਜੈਸੇ ਮੈਂ ਕਰਤਾਰਪੁਰ ਸੁਲਤਾਨਪੁਰ ਲੋਧੀ, ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਕਿਸਤਾਨ ਹੈ ਜਿਸ ਜਗ੍ਹਾ 'ਤੇ ਆਪ ਖੜ੍ਹੇ ਹੋ। ਇਸ ਸਥਾਨ 'ਤੇ ਵੀ ਅੱਜ 550 ਸਾਲਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰਪੁਰ ਮਨਾਇਆ ਗਿਆ ਹੈ, ਜਿਸ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਹਿਜ ਪਾਠ ਦੇ ਫੁੱਲ ਪਾਏ ਗਏ। ਉਸ ਤੋਂ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਆਰਤੀ ਆਰਤੀ ਦੁਆਰਾ ਪੂਜਨ ਸ਼ੁਰੂ ਹੋਇਆ, ਫਿਰ ਕਥਾ ਵਿਚਾਰਾਂ ਹੋਈਆਂ। ਕੱਲ ਕੇ ਸਭ ਕੁਝ ਵਿੱਚ ਨਿਵਾਰਨ ਕੋ ਭਗਤਾਂ ਨੂੰ ਕੋ ਜਨ ਕੀਰਤਨ ਆਈ ਠੀਕ ਹੈ।